ਭਾਈ ਜੱਸ ਪਕੜ ਕੇ ਹੁਣ ਘਬਰਾਉਂਦੀ ਨੀ, ਭਾਈ ਜੱਸ ਪਕੜ ਕੇ ਹੁਣ ਘਬਰਾਉਂਦੀ ਨੀ, ਮੈਨੂੰ ਬਲੀਏ ਸਮਝ ਨਾ ਆਉਂਦੀ ਨੀ, ਤੈਨੂੰ ਹੁਣੇ ਹਟਾ ਦੂੰਗਾ ਜੇ ਆਈ ਤੇ ਆ ਗਰੀਆਂ ਬਲੀ ਬੰਬ। ਤੁਹਾਡੀ ਤਾਂ ਉਮਰ ਖਾਸੀ ਲੱਗਦੀ ਆ, ਤੁਸੀਂ ਦੇਖਿਆ ਸੀਗਾ ਉਹਨਾਂ ਦਾ ਅਖਾੜਾ? ਹਾਂ ਮੈਂ ਦੇਖਿਆ ਜੀ। ਕਿਹੜੀ ਜਗ੍ਹਾ ਦੇਖਿਆ ਸੀ? ਮੈਂ ਤਾਂ ਸਾਡੇ ਉੱਧਰ ਰਾੜਾ ਸਾਹਿਬ ਦੇ ਪਿੰਡਾਂ ਦੇ ਵਿੱਚ ਬਹੁਤ ਸਾਡੇ ਲੱਗਦੇ ਰਹੇ ਨੇ ਪ੍ਰੋਗਰਾਮ। ਰਾੜਾ ਸਾਹਿਬ ਵੱਲ ਕਿੱਥੇ ਦੇ? ਮੈਂ ਆਲਮਪੁਰ ਚਾਪੜਾ ਪਿੰਡ ਪੈ ਜਾਂਦਾ। ਹਾਂ ਹਾਂ ਹੈਗਾ ਚਾਪੜਾ। ਹਾਂਜੀ। ਅੱਛਾ ਤੁਸੀਂ ਚਾਪੜੇ ਦੇ ਹੋ? ਹਾਂ ਰਹਿੰਦੇ। ਜਿਹੜਾ ਉਹ ਕਹਿ ਗਏ ਹੁਣ ਪਤਾ ਲੱਗਦਾ ਨਾ ਉਹ ਗੱਲ ਸੱਚ ਹੁੰਦਾ ਜਾ ਰਿਹਾ। ਹਾਂ ਸੱਚੀਆਂ ਨੇ ਉਹ ਪੁਰਾਣੀਆਂ ਗੱਲਾਂ। ਤੂੰ ਨਾਭੇ ਜਾ ਕੇ ਲੈਟਰੀਆਂ ਪਾਵੇਂ, ਤੂੰ ਨਾਭੇ ਜਾ ਕੇ ਲੈਟਰੀਆਂ ਪਾਵੇਂ, ਵੇ ਆਥਣ ਦਾਰੂ ਪੀ ਕੇ ਆਵੇਂ, ਸਮਝੇ ਨਾ ਮਰ ਜਾਣੇ ਵੇ, ਜਾਣਤੇ ਹੀ ਨੂੰ ਰੋਂਦੇ ਮਲੀਆ ਭੁੱਖੇ ਨਿਆਣੇ ਵੇ, ਜਾਣਤੇ ਹੀ ਨੂੰ ਰੋਂਦੇ ਮਲੀਆ ਭੁੱਖੇ ਨਿਆਣੇ ਵੇ। ਨੀ ਬਾਈ ਜੱਸ ਪਕੜ ਕੇ ਹੁਣ ਘਬਰਾਉਂਦੀ ਨੀ, ਬਾਈ ਜੱਸ ਪਕੜ ਕੇ ਹੁਣ ਘਬਰਾਉਂਦੀ ਨੀ, ਮੈਨੂੰ ਬਲੀਏ ਸਮਝ ਨਾ ਆਉਂਦੀ ਨੀ, ਤੈਨੂੰ ਹੁਣੇ ਹਟਾ ਦੂੰਗਾ ਜੇ ਆਈ ਤੇ ਆਗਰੀਆਂ ਬਲੀ ਬੁਲਾ ਦੂਗਾ, ਜੇ ਆਈ ਤੇ ਆਗਰੀਆਂ ਬਲੀ ਬੁਲਾ ਦੂਗਾ। ਖਾਵੇ ਭੁੱਕੀ ਪੀਵੇ ਦਾਰੂ ਛੇੜੇ ਪੰਗੇ ਵੇ, ਖਾਵੇ ਭੁੱਕੀ ਪੀਵੇ ਦਾਰੂ ਛੇੜੇ ਪੰਗੇ ਵੇ, ਰਾਮਨਤ ਸਮਝਾਉਂਦੀ ਤੇਰੇ ਕੰਮ ਨਾ ਚੰਗੇ ਵੇ, ਰਾਮ ਰੋਜ਼ ਸਮਝਾਉਂਦੀ ਤੇਰੇ ਕੰਮ ਨਾ ਚੰਗੇ ਵੇ, ਕਦੇ ਸਦਨ ਦਰਵਾਜੇ ਤੈਨੂੰ ਕਦੇ ਠਾਣੇ ਵੇ, ਜਾਣਤੇ ਹੀ ਨੂੰ ਰੋਂਦੇ ਮਲੀਆ ਭੁੱਖੇ ਨਿਆਣੇ ਵੇ, ਜਾਣਤੇ ਹੀ ਨੂੰ ਰੋਂਦੇ ਮਲੀਆ ਭੁੱਖੇ ਨਿਆਣੇ ਵੇ। ਉਹ ਮੇਰੇ ਮੂਹਰੇ ਝੂਠ ਬੋਲਦੀ ਪਊ ਤੈਨੂੰ ਪਛਤਾਉਣਾ, ਮੇਰੇ ਮੂਹਰੇ ਝੂਠ ਬੋਲਦੀ ਪਊ ਤੈਨੂੰ ਪਛਤਾਉਣਾ, ਕਿਹੜਾ ਵੇਲਾ ਖੁੰਝਿਆ ਬੱਲੀਏ ਹੱਥ ਨੀ ਓਏ ਆਉਣਾ, ਕਿਹੜਾ ਵੇਲਾ ਖੁੰਝਿਆ ਬੱਲੀਏ ਹੱਥ ਨੀ ਓਏ ਆਉਣਾ, ਜੇ ਤੈਨੂੰ ਸਬਕ ਸਿਖਾ ਦੂੰਗਾ ਜੇ ਆਈ ਤੇ ਆਗਰੀਆਂ ਬਲੀ ਬੁਲਾ ਦੂਗਾ, ਜੇ ਆਈ ਤੇ ਆਗਰੀਆਂ ਬੁਲਾ ਦੂਗਾ। ਹੱਥ ਮਜੋੜਾ ਮੂਹਰੇ ਤੇਰੇ ਕਿਵੇਂ ਤੈਨੂੰ ਸਮਝਾਵਾਂ, ਹੱਥ ਮਜੋੜਾ ਮੂਹਰੇ ਤੇਰੇ ਕਿਵੇਂ ਤੈਨੂੰ ਸਮਝਾਵਾਂ, ਸਾਂਭੀ ਆਪਦੇ ਨਿਆਣਿਆਂ ਨੂੰ ਹੁਣ ਮੈਂ ਪੇਕਿਆਂ ਨੂੰ ਜਾਵਾਂ, ਸਾਂਭੀ ਆਪਦੇ ਨਿਆਣਿਆਂ ਨੂੰ ਹੁਣ ਮੈਂ ਪੇਕਿਆਂ ਨੂੰ ਜਾਵਾਂ, ਰੋਵੇਂਗਾ ਅੱਖਾਂ ਨੂੰ ਮਲ ਕੇ ਬੜੇ ਸਿਆਣੇ ਵੇ, ਜਾਣਤੇ ਹੀ ਨੂੰ ਰੋਂਦੇ ਮਲੀਆ ਭੁੱਖੇ ਨਿਆਣੇ ਵੇ, ਜਾਣਤੇ ਹੀ ਨੂੰ ਰੋਂਦੇ ਮਲੀਆ ਭੁੱਖੇ ਨਿਆਣੇ ਵੇ। ਉਹ ਛੋਟੇ ਹਾਣੇ ਪਿੰਡ ਵਿੱਚ ਬੱਲੀਏ ਕੀ ਦਲਵਾਰੇ ਨੂੰ ਜਾਣੇ, ਛੋਟੇ ਹਾਣੇ ਪਿੰਡ ਵਿੱਚ ਬੱਲੀਏ ਕੀ ਦਲਵਾਰੇ ਨੂੰ ਜਾਣੇ, ਰਤਾ ਝੂਠ ਨੀ ਬੋਲਦਾ ਹੈ ਕਹਿੰਦੇ ਸੱਤ ਸਿਆਣੇ, ਰਤਾ ਝੂਠ ਨੀ ਬੋਲਦਾ ਹੈ ਕਹਿੰਦੇ ਸੱਤ ਸਿਆਣੇ, ਜੇ ਤੈਨੂੰ ਸਬਕ ਸਿਖਾ ਦੂੰਗਾ ਜੇ ਆਈ ਤੇ ਆਗਰ ਬੁਲਾ ਦੂੰਗਾ, ਜੇ ਆਈ ਤੇ ਆਗਰੀਆਂ ਬਲੀ ਬੁਲਾ ਦੂੰਗਾ, ਜਾਣਤੇ ਹੀ ਨੂੰ ਰੋਂਦੇ ਬਲੀਆ ਭੁੱਖੇ ਲਿਆਣੇ ਵੇ। ਬਹੁਤ ਵਧੀਆ ਵੀ, ਬਹੁਤ ਵਧੀਆ। ਹਾਂਜੀ ਤੁਸੀਂ ਕਿਹੜੀ ਜਗ੍ਹਾ ਤੋਂ ਆਏ? ਮੈਂ ਲੁਧਿਆਣੇ ਤੋਂ ਆਇਆ। ਹਾਂਜੀ ਲੁਧਿਆਣੇ ਤੋਂ ਆਇਆ। ਲੁਧਿਆਣੇ ਤੋਂ ਕਿਹੜੀ ਜਗ੍ਹਾ ਤੋਂ? ਮੈਂ ਸ਼ਿਮਲਾਪੁਰੀ ਤੋਂ। ਸ਼ਿਮਲਾਪੁਰੀ ਆਪਣੇ ਇੱਥੇ ਹੀ। ਹਾਂਜੀ। ਤੁਹਾਡੀ ਤਾਂ ਉਮਰ ਖਾਸੀ ਲੱਗਦੀ ਆ, ਤੁਸੀਂ ਦੇਖਿਆ ਸੀਗਾ ਉਹਨਾਂ ਦਾ ਅਖਾੜਾ? ਹਾਂ ਮੈਂ ਦੇਖਿਆ ਜੀ। ਕਿਹੜੀ ਜਗ੍ਹਾ ਦੇਖਿਆ ਸੀ? ਮੈਂ ਤਾਂ ਸਾਡੇ ਉੱਧਰ ਰਾੜਾ ਸਾਹਿਬ ਦੇ ਪਿੰਡਾਂ ਦੇ ਵਿੱਚ ਬਹੁਤ ਸਾਡੇ ਲੱਗਦੇ ਰਹੇ ਨੇ ਪ੍ਰੋਗਰਾਮ ਇਹਨਾਂ ਦੇ। ਤੁਸੀਂ ਰਾੜਾ ਸਾਹਿਬ ਵੱਲ ਕਿੱਥੇ ਦੇ? ਮੈਂ ਆਲਮਪੁਰ ਚਾਪੜਾ ਪਿੰਡ ਪੈ ਜਾਂਦਾ। ਹਾਂ ਹਾਂ ਹੈਗਾ ਚਾਪੜਾ। ਹਾਂਜੀ। ਅੱਛਾ ਤੁਸੀਂ ਚਾਪੜੇ ਦੇ ਹੋ? ਹਾਂ ਰਹਿੰਦੇ ਤਕਰੀਬਨ। ਹਰ ਸਾਲ ਆਉਂਦੇ ਨੇ ਉਰੇ? ਹੋ ਗਏ 10 ਸਾਲ ਹੋ ਗਏ ਇੱਥੇ ਆਉਂਦੇ ਨੇ। ਨਹੀਂ ਬਹੁਤ ਵਧੀਆ, ਦਿਲ ਲੱਗਦਾ, ਪੁਰਾਣੀਆਂ ਯਾਦਾਂ ਆ ਜਾਂਦੀਆਂ। ਹਾਂ ਹਾਂ ਜਿਹੜਾ ਉਹ ਕਹਿ ਗਏ ਹੁਣ ਪਤਾ ਲੱਗਦਾ ਨਾ ਉਹ ਗੱਲ ਸੱਚ ਹੁੰਦਾ ਜਾ ਰਿਹਾ। ਹਾਂ ਸੱਚੀਆਂ ਨੇ ਉਹ ਪੁਰਾਣੀਆਂ ਗੱਲਾਂ। ਚਲੋ ਭਾਈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ, ਮੈਂ ਕੱਲ ਨੂੰ ਪਾ ਦੂੰਗਾ ਵੀਡੀਓ, ਤੁਸੀਂ ਦੇਖ ਸਕਦੇ ਹੋ ਨੈਟ ਤੇ। ਠੀਕ ਆ, ਓਕੇ। ਜਲਦੀ ਮੈਂ ਇਹਦਾ ਅਗਲਾ ਪਾਰਟ ਲੈ ਕੇ ਆਊਂਗਾ। ਜੇਕਰ ਤੁਸੀਂ ਇਸ ਵੀਡੀਓ ਦਾ ਪਹਿਲਾ ਪਾਰਟ ਨਹੀਂ ਦੇਖਿਆ ਤਾਂ ਉੱਪਰ ਵੀਡੀਓ ਦਾ ਲਿੰਕ ਆਉਂਦਾ, ਇਹਦੇ 'ਤੇ ਕਲਿੱਕ ਕਰਕੇ ਤੁਸੀਂ ਪਹਿਲਾ ਪਾਰਟ ਦੇਖ ਸਕਦੇ ਹੋ। ਇੱਥੇ ਤੱਕ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ
ਧੰਨਵਾਦ, ਥੈਂਕ ਯੂ। ਵੀਡੀਓ ਨੂੰ ਲਾਈਕ ਸ਼ੇਅਰ ਟ੍ਰਾਈ ਕਰਨਾ ਮਤ ਭੁੱਲਣਾ। ਹੀ ਲਾਈਕ ਹੀ ਲਾਈਕ ਹੀ ਲਾਈਕ।